ਪੰਜਾਬ 'ਚ ਪ੍ਰਾਈਵੇਟ ਸਕੂਲਾਂ ਦੁਆਰਾ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਪ੍ਰਾਈਵੇਟ ਸਕੂਲ ਚਾਰੇ ਪਾਸੇ ਇੱਕ ਸੁੱਤੇ ਕਿਰੇ ਨਜ਼ਰ ਆ ਰਹੇ ਨੇ। ਜਿੱਥੇ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਸਕੂਲ ਖਿਲਾਫ ਸੜਕਾਂ ਤੇ ਉਤਰੇ ਹੋਏ ਨੇ, ਉੱਥੇ ਹੀ ਹੁਣ ਸਕੂਲਾਂ ਦੇ ਆਪਣੇ ਵਰਕਰਾਂ ਨੇ ਸਰਕਾਰ ਦੇ ਖਿਲਾਫ ਧਾਵਾ ਬੋਲਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪ੍ਰਾਈਵੇਟ ਸਕੂਲਾਂ ਨਾਲ ਜੁੜੇ ਬੱਸ ਆਪਰੇਟਰ ਕੈਪਟਨ ਸਰਕਾਰ ਖਿਲਾਫ ਵਿਰੋਧ ਨੁਮਾਇਸ਼ ਤੇ ਉਤਰ ਆਏ ਨੇ। ਮਾਮਲਾ ਲੁਧਿਆਣਾ ਤੋਂ, ਜਿੱਥੇ ਸਕੂਲਾਂ ਨਾਲ ਜੁੜੇ ਬੱਸ ਆਪਰੇਟਰਾਂ ਨੇ ਡੀਸੀ ਦਫ਼ਤਰ ਲੁਧਿਆਣਾ ਦੇ ਬਾਹਰ ਕੱਪੜੇ ਉਤਾਰ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ। ਪ੍ਰਦਰਸ਼ਨਕਾਰੀਆਂ ਤੋਂ ਹੀ ਜਾਣਦੇ ਹਾਂ ਕਿ ਉਹਨਾਂ ਦੀਆਂ ਮੰਗਾਂ ਕੀ ਨੇ। ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਸਕੂਲ ਦੀ ਗੱਡੀ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਭਰਨ ਪੋਸ਼ਣ ਕਰਦਾ, ਮਗਰ ਪਿਛਲੇ 3 ਮਹੀਨੇ ਤੋਂ ਸਾਡੀ ਹਾਲਤ ਜਿਹੜੀ ਹੈਗੀ ਬਹੁਤ ਹੀ ਜ਼ਿਆਦਾ ਮਾੜੀ ਹੋ ਗਈ। ਮੇਰੀ ਨਹੀਂ ਬਲਕਿ ਲੁਧਿਆਣੇ ਵਿੱਚ ਜਿੰਨੇ ਵੀ ਸਕੂਲ ਵੈਨ ਆਪਰੇਟਰ ਹੈਗੇ ਸਾਰਿਆਂ ਦੀ ਹਾਲਤ ਮਾੜੀ ਹੋ ਗਈ, ਕਿਉਂਕਿ ਤਕਰੀਬਨ ਮਾਰਚ ਅਪ੍ਰੈਲ ਮਈ 3 ਮਹੀਨੇ ਹੋ ਗਏ ਸਾਨੂੰ ਕਿਸੇ ਚਵਾਨੀ ਦੇ ਨਾਲ, ਸਾਨੂੰ ਕਿਸੇ ਦੀ ਪੈਰੈਂਟਸ ਨੇ ਸਾਨੂੰ ਚਵਾਨੀ ਦੀ ਵੀ ਹੈਲਪ ਨਹੀਂ ਕੀਤੀ। ਗੱਡੀਆਂ ਖੜੀਆਂ, ਡਰਾਈਵਰ ਜਿਹੜੇ ਹੈਗੇ ਉਹ ਬਾਲਕਾਂ ਕੋਲ ਜਾਂਦੇ ਆ, ਕਹਿੰਦੇ ਸਾਨੂੰ ਪੈਸੇ ਦੇ ਦਿਓ, ਅਸੀਂ ਰੋਟੀ ਖਾਣੀ ਹੈ। ਉਹ ਕਹਿੰਦੇ ਜੀ ਇਹ ਚਾਬੀ ਲੈ ਲੈ ਸਕੂਟਰੀ ਦੀ, ਚੱਲ ਜਾ ਪੇਰੈਂਟਸਾਂ ਕੋਲ, ਪੈਸੇ ਮਿਲਦੇ ਤਾਂ ਕੁਛ ਸਾਨੂੰ ਵੀ ਦੇ ਦੇ, ਕੁਛ ਤੂੰ ਵੀ ਲੈ ਜਾ। ਪੇਰੈਂਟਸ ਅੱਗੂ ਕਹਿੰਦੇ ਜੀ ਸਾਨੂੰ ਤਾਂ ਸਿੰਗਲਾ ਸਾਹਿਬ ਨੇ ਮਨਾ ਕੀਤਾ ਜੀ ਸਕੂਲ ਦੀ ਫੀਸ ਨਹੀਂ ਦੇਣੀ, ਗੱਡੀਆਂ ਦੇ ਪੈਸੇ ਨਹੀਂ ਦੇਣੇ, ਅਸੀਂ ਕਿਉਂ ਦਈਏ? ਹੁਣ ਅਸੀਂ ਕਿੱਥੇ ਰੋਟੀ ਖਾਈਏ, ਕੀ ਕਰੀਏ, ਸਾਨੂੰ ਕੁਛ ਸਮਝ ਨਹੀਂ ਆਉਂਦਾ। ਸਨ 2013 ਦੇ ਪਹਿਲੇ ਅਸੀਂ ਬੜੇ ਸੁਖੀ ਸੀ, ਪੁਰਾਣੀ ਗੱਡੀਆਂ ਲਿਆਉਂਦੇ ਸੀ 60-70 ਹਜ਼ਾਰ ਦੀ, ਆਰਾਮ ਦੇ ਨਾਲ ਬੱਚੇ ਬਿਠਾਉਂਦੇ ਸੀ, ਨਾ ਇਨਕਮ ਟੈਕਸ ਦਿੰਦੇ ਸੀ, ਨਾ ਟੈਕਸ ਦਿੰਦੇ ਸੀ, ਨਾ ਕੋਈ ਇੰਸ਼ੋਰੈਂਸ ਹੁੰਦੀ ਸੀ। ਜੋ ਜਿਹਨੇ 400 ਦਿੱਤੇ ਉਹ ਵੀ ਰੱਖ ਲਿਆ, ਜਿਹਨੇ 500 ਦਿੱਤਾ ਉਹ ਵੀ ਰੱਖ ਲਿਆ, ਸਾਡਾ ਵੀ ਪੇਟ ਢਿੱਡ ਭਰ ਜਾਂਦਾ ਸੀ, ਆਰਾਮ ਨਾਲ ਗੁਜ਼ਾਰਾ ਚੱਲਦਾ ਸੀ। ਸਾਡੇ 2013 ਤੋਂ ਪੰਜਾਬ ਸਰਕਾਰ ਨੇ ਅਤੇ ਸੁਪਰੀਮ ਕੋਰਟ ਸਾਹਿਬ ਦਾ ਹੁਕਮ ਹੋਇਆ ਕਿ ਤੁਸੀਂ ਨਵੀਆਂ ਗੱਡੀਆਂ ਪਾਉਣੀਆਂ। ਸਾਡੀ ਨਵੀਆਂ ਗੱਡੀਆਂ ਲੈਣ ਦੀ ਔਕਾਤ ਨਹੀਂ ਸੀ, ਫਿਰ ਵੀ ਅੰਡਰ ਪ੍ਰੈਸ਼ਰ, ਸਕੂਲ ਦਾ ਪ੍ਰੈਸ਼ਰ ਅਲੱਗ, DTO ਸਾਹਿਬ ਦਾ ਪ੍ਰੈਸ਼ਰ ਅਲੱਗ, ਟ੍ਰੈਫਿਕ ਪੁਲਿਸ ਦਾ ਪ੍ਰੈਸ਼ਰ ਅਲੱਗ, ਉਹਨਾਂ ਦੇ ਕਰਕੇ ਅਸੀਂ ਆਪਣਾ ਗਹਿਣਾ ਵੇਚ ਕੇ, ਪੁਰਾਣੀ ਗੱਡੀਆਂ ਕਬਾੜ 'ਚ ਵੇਚ ਕੇ, ਅਸੀਂ ਨਵੀਆਂ ਗੱਡੀਆਂ ਕਿਸੇ ਤਰ੍ਹਾਂ ਬੈਂਕ ਵਾਲੇ ਨੂੰ ਤਰਲੇ ਮਿੱਥਾ ਕਰਕੇ ਅਸੀਂ ਗੱਡੀਆਂ ਕਢਾਈਆਂ। ਉਹਦਾ 20-20 ਹਜ਼ਾਰ ਰੁਪਇਆ ਸਾਡਾ ਕਿਸ਼ਤ ਪੈ ਗਈ। ਹੁਣ ਸੋਚੋ, ਕਹਿੰਦੇ ਅੱਛਾ ਫਿਰ ਅਸੀਂ ਲੈ ਬੱਚੇ ਠਾਣ ਲਏ, ਹੁਣ ਕਹਿੰਦੇ ਜੀ 60-30 ਬੱਚੇ ਤੋਂ ਵੱਧ ਤੁਸੀਂ ਨਹੀਂ ਬਿਠਾ ਸਕਦੇ। ਔਰ ਤੁਸੀਂ ਮੈਨੂੰ ਦੱਸੋ ਭਾਅ ਜੀ, ਲੁਧਿਆਣਾ ਸ਼ਹਿਰ ਵਿੱਚ 1000 ਤੋਂ ਲੈ ਕੇ 1200 ਤੋਂ ਵੱਧ ਕੌਣ ਪੇਰੈਂਟਸ ਦਿੰਦਾ? ਤਾਂ ਕਿੰਨੀ ਕੁ ਸਾਡੀ ਇਨਕਮ ਹੋ ਗਈ ਅਤੇ ਕਿੰਨਾ ਕੁ ਅਸੀਂ ਕਿਸ਼ਤ ਭਰੀਏ, ਕਿੰਨਾ ਕੁ ਟੈਕਸ ਭਰੀਏ? ਸਾਡੀ ਤਾਂ ਇਹੀ ਸੀ ਕਿ ਬਸ ਇੱਧਰੋਂ ਲੈ ਕੇ ਇੱਧਰੋਂ ਕਰ, ਇੱਧਰੋਂ ਲੈ ਕੇ ਇੱਧਰ ਕਰ, ਬਸ ਇਹਦੇ ਕੋਲ ਜ਼ਿਆਦਾ ਅਸੀਂ ਕੁਛ ਨਹੀਂ ਕਰ ਸਕਦੇ ਸੀ, ਸਾਡੇ ਕੋਲ ਦੂਜਾ ਸਾਧਨ ਨਹੀਂ ਸੀ, ਅਸੀਂ ਗੱਡੀਆਂ ਚਲਾ ਰਹੇ ਸੀ। ਹੁਣ ਅਸੀਂ ਇਹੀ ਕਹਿੰਦੇ ਹਾਂ, ਆਪਣੇ ਪੇਰੈਂਟਸ ਨੂੰ ਵੀ ਅਪੀਲ ਕਰਨੇ ਆ, ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨੇ ਆ ਕਿ ਜਿਸ ਤਰ੍ਹਾਂ ਸਿੰਗਲਾ ਸਾਹਿਬ ਨੇ ਪੇਰੈਂਟਸਾਂ ਨੂੰ ਕਹਿ ਦਿੱਤਾ ਕਿ ਤੁਸੀਂ ਵੈਣਾਂ ਵਾਲੇ ਨੂੰ ਪੈਸੇ ਨਾ ਦਿਓ, ਤਾਂ ਮੈਂ ਉਹਨਾਂ ਨੂੰ ਅਰਜ਼ ਕਰਨਾ ਕਿ ਸਰ, ਅਗਰ ਤੁਸੀਂ ਪੇਰੈਂਟਸ ਤੋਂ ਨਹੀਂ ਦਿਵਾਉਣਾ ਚਾਹੁੰਦੇ ਤਾਂ ਤੁਸੀਂ ਆਪਣੇ ਕੋਲੋਂ ਸਾਨੂੰ ਸਰਕਾਰ ਦੇ ਖਰਚੇ ਤੋਂ ਸਾਨੂੰ ਕੁਛ ਨਾ ਕੁਛ ਦੇ ਦਿਓ ਕਿ ਸਾਡਾ ਸਾਡੇ ਅਤੇ ਸਾਡੇ ਡਰਾਈਵਰਾਂ ਦੀ ਰੋਜ਼ੀ ਰੋਟੀ ਚੱਲੇ, ਜਾਂ ਫਿਰ ਜਿਹੜੇ ਸਾਡੇ ਕਿਸ਼ਤਾਂ 'ਤੇ ਜਿਹੜਾ ਚੱਕਰਵਿਧੀ ਵਿਆਜ ਪੈ ਰਿਹਾ, ਵਿਆਜ ਪੈ ਰਿਹਾ, ਠੀਕ ਹੈ ਤੁਸੀਂ ਸਾਡੀ ਕਰਜ਼ਾ ਮਾਫ਼ ਨਹੀਂ ਕੀਤਾ, ਤੁਸੀਂ ਸਸਪੈਂਡ ਕੀਤਾ 3 ਮਹੀਨੇ ਜਾਂ 6 ਮਹੀਨੇ ਵਾਸਤੇ, ਉਹਦਾ ਵਿਆਜ ਤਾਂ ਜੁੜੇਗਾ, ਉਹਦਾ ਵਿਆਜ ਅਸੀਂ ਕਿੱਥੋਂ ਦੇਵਾਂਗੇ ਜਦਕਿ ਸਾਡੇ ਕੋਲ ਕਮਾਈ ਹੀ ਨਹੀਂ ਹੈ? ਇਹ ਸੋਚਣ ਵਾਲੀ ਗੱਲ ਹੈ। ਔਰ ਅੰਤ ਵਿੱਚ ਅਸੀਂ ਇਹੀ ਕਹਿੰਦੇ ਹਾਂ ਕਿ ਤੁਸੀਂ ਸਰ ਕੇਜਰੀਵਾਲ ਸਾਹਿਬ ਨੂੰ ਦੇਖੋ, ਉਹ ਵੀ ਦਿੱਲੀ ਦੇ ਮੁੱਖ ਮੰਤਰੀ ਹੈਗੇ, ਉਹਨਾਂ ਨੇ ਤੇ ਪ੍ਰਵਾਸੀ ਮਜ਼ਦੂਰ ਜਿਹੜੇ ਦਿੱਲੀ 'ਚ ਰਹਿੰਦੇ ਪੈਣ, ਜਿਹੜੇ ਆਟੋ ਚਲਾਉਂਦੇ, ਰਿਕਸ਼ਾ ਚਲਾਉਂਦੇ ਜਾਂ ਟੈਕਸੀਆਂ ਚਲਾਉਂਦੇ, ਬੱਸਾਂ ਚਲਾਉਂਦੇ, ਉਹਨਾਂ ਨੂੰ 5-5 ਹਜ਼ਾਰ ਰੁਪਏ ਮਹੀਨਾ ਪਾ ਦਿੱਤਾ। ਅਸੀਂ ਤਾਂ ਤੁਹਾਡੇ ਪੰਜਾਬੀ ਬੰਦੇ ਹਾਂ, ਅਸੀਂ ਤਾਂ ਪ੍ਰਵਾਸੀ ਨਹੀਂ ਹੈ ਤੇ ਅਸੀਂ ਤੁਹਾਡੇ ਪੰਜਾਬੀ ਬੰਦੇ ਹਾਂ, ਤੁਸੀਂ ਤਾਂ ਪੰਜਾਬੀਆਂ ਨੂੰ ਹੀ ਨਹੀਂ ਪੁੱਛਦੇ ਪਏ, ਤੁਸੀਂ ਕੁਛ ਤਾਂ ਸ਼ਰਮ ਕਰੋ, ਕੁਛ ਤਾਂ ਸਾਡੇ ਵਾਸਤੇ ਖਿਆਲ ਕਰੋ ਕਿ ਅਸੀਂ ਆਪਰੇਟਰ ਰੋਟੀ ਕਿੱਥੋਂ ਖਾਈਏ। ਸਾਹਿਬ ਜੀ, ਕੋਈ ਵੀ ਬੰਦਾ ਖੁਸ਼ੀ ਹੋ ਕੇ ਨਸ਼ੇ 'ਚ ਨਹੀਂ ਪੈਂਦਾ, ਜਦੋਂ ਦੁਖੀ ਹੁੰਦਾ ਹੈ, ਡਿਪਰੈਸ ਹੁੰਦਾ ਹੈ, ਮਰਦਾ ਹੈ, ਉਸ ਵਕਤ ਉਹ ਨਸ਼ੇ ਵੱਲ ਜਾਂਦਾ ਹੈ। ਤੁਸੀਂ ਕਹਿੰਦੇ ਪੰਜਾਬ ਨੂੰ ਨਸ਼ਾ ਮੁਕਤ ਕਰੋ, ਅਰੇ ਅਸੀਂ ਤਾਂ ਸਾਨੂੰ ਖਾਣ ਨਹੀਂ ਹੋਏਗਾ ਤਾਂ ਅਸੀਂ ਤਾਂ ਨਸ਼ਾ ਕਰਾਂਗੇ ਹੀ, ਅਸੀਂ ਤਾਂ ਲੁੱਟ ਖੋ ਕਰਾਂਗੇ ਹੀ, ਅਸੀਂ ਤਾਂ ਕੀ ਕਰਾਂਗੇ, ਅਸੀਂ ਸੋਨੇ ਸਰਦਾਰ ਹੋ ਕੇ ਗਲਤ ਕੰਮਾਂ 'ਚ ਪਵਾਂਗੇ? ਇਸ ਵਾਸਤੇ ਸਾਨੂੰ ਬੇਨਤੀ ਕਰਨੇ ਆ ਕਿ ਸਾਡੇ ਸਰਕਾਰ ਕੋਈ ਨਹੀਂ ਸੁਣਦੀ ਤਾਂ ਫਿਰ ਕਿਸ ਤਰੀਕੇ? ਬਾਬੂ ਜੀ, ਫਿਰ ਤਾਂ ਇੱਕੋ ਹੀ ਗੱਲ ਹੈ, ਭਗਤ ਸਿੰਘ ਦਾ ਦੇਸ਼ ਹੈ, ਭਗਤ ਸਿੰਘ ਦਾ ਰਾਜ ਹੈ, ਜਾਂ ਤਾਂ ਇਨਕਲਾਬ ਜ਼ਿੰਦਾਬਾਦ ਹੋਏਗਾ ਜਾਂ ਫਿਰ ਅਸੀਂ ਵੀ ਜਿਸ ਤਰ੍ਹਾਂ ਉਹ ਸਾਡੇ ਦੇਸ਼ ਵਾਸਤੇ ਲਟਕ ਗਏ ਸੀ, ਅਸੀਂ ਆਪਣੇ ਘਰਾਂ 'ਚ ਲਟਕ ਜਾਵਾਂਗੇ? ਕਿਉਂ ਰਾਸ਼ਨ ਵਾਲਾ ਸਾਨੂੰ ਰਾਸ਼ਨ ਨਹੀਂ ਦੇਗਾ, ਬੱਚਿਆਂ ਦੇ ਅੱਗੇ ਜਲੀਲ ਤਾਂ ਨਹੀਂ ਹੋਣਾ? ਫਿਰ ਤਾਂ ਪੱਖੇ ਦੇ ਨਾਲ ਹੀ ਲਟਕਾਂਗੇ ਅਤੇ ਕਹਾਂਗੇ ਕਿ ਸਾਹਿਬ ਕੈਪਟਨ ਸਾਹਿਬ ਨੇ ਜ਼ਿੰਦਾਬਾਦ ਕਰਾਂਗੇ, ਔਰ ਕੀ ਕਰ ਸਕਦੇ ਹਾਂ? ਦੂਜਾ ਤਾਂ ਕੋਈ ਹੱਲ ਨਹੀਂ। ਅੱਜ ਤਾਂ ਜਿਹੜੇ ਕਿਰਾਣੇ ਵਾਲੇ ਕੋਲ ਅਸੀਂ ਉਧਾਰ ਲੈਂਦੇ ਸੀ, ਉਹਨਾਂ ਨੂੰ ਪਤਾ ਸੀ ਗੱਡੀਆਂ ਵਾਲੇ ਹੈਗੇ, 30 ਦਿਨ ਦੇ ਬਾਅਦ ਇਹਨਾਂ ਨੂੰ ਪੈਸੇ ਆਣ ਕੇ ਸਾਨੂੰ ਪੈਸੇ ਮਿਲ ਜਾਣਗੇ। ਅੱਜ ਕਿਰਾਣੇ ਦੁਕਾਨ 'ਤੇ ਜਾਂਦੇ ਹਾਂ ਤਾਂ ਬਾਊ ਲਾਲਾ ਜਿਹੜਾ ਬੈਠਾ ਹੁੰਦਾ ਇੱਧਰ ਮੂੰਹ ਕਰ ਲੈਂਦਾ ਕਿ ਸਰਦਾਰ ਉਧਾਰ ਨਾ ਮੰਗ ਲਵੇ। ਅਤੇ ਕੈਪਟਨ ਸਾਹਿਬ, ਅਸੀਂ ਮਿਡਲ ਕਲਾਸ ਬੰਦੇ ਹਾਂ, ਅਸੀਂ ਟੈਕਸ ਵੀ ਦੇਣੇ ਆ, ਇਨਕਮ ਟੈਕਸ ਵੀ ਦੇਣੇ ਆ, ਨਾ ਲਾਈਨਾਂ 'ਚ ਖੜ੍ਹ ਕੇ ਰਾਸ਼ਨ ਲੈ ਸਕਦੇ ਹਾਂ,
ਅਤੇ ਨਾ ਕਿਸੇ ਦੇ ਅੱਗੇ ਝੋਲੀ ਅੜ ਸਕਦੇ ਹਾਂ। ਅਸੀਂ ਤਾਂ ਤੁਹਾਡੇ ਅੱਗੇ ਝੋਲੀ ਅੜਦੇ ਹਾਂ ਕਿ ਤੁਸੀਂ ਸਾਡੇ ਮਾਈ ਬਾਪ ਹੋ, ਦੇਸ਼ ਦੇ ਪ੍ਰਧਾਨ ਹੋ, ਆਪਣੇ ਰਾਜ ਦੇ ਪ੍ਰਧਾਨ ਹੋ, ਸਾਡੀ ਝੋਲੀ ਭਰ ਦਿਓ। ਅਸੀਂ ਦੁਆਵਾਂ ਦਈਏ ਅਤੇ ਤੁਹਾਨੂੰ ਇੱਕ ਨਸੀਹਤ ਦੇਣੇ ਆ ਕਿ ਕੇਜਰੀਵਾਲ ਸਾਹਿਬ ਕੋਲ ਕੁਝ ਸਿੱਖ ਲਓ, ਸਿੱਖ ਲਓ, ਸਿੱਖ ਲਓ, ਤਾਂ ਹੀ ਸਾਡਾ ਕਲਿਆਣ ਹੈ, ਨਹੀਂ ਤਾਂ ਅਸੀਂ ਮਰਨ ਵਾਸਤੇ ਤਿਆਰ ਹਾਂ। ਇਹ ਤਾਂ ਤੁਸੀਂ ਚੱਲਾ। ਵਾਹਿਗੁਰੂ ਜੀ ਕਾ ਖਾਲਸਾ। ਫੇਸ ਮਾਸਕ ਮੈਨੂਫੈਕਚਰਰ ਫੈਕਟਰੀ ਕਪੈਸਿਟੀ 500,000 ਮਾਸਕ ਪਰ ਡੇ 2 and 3 ply ਡਿਸਪੋਜ਼ੇਬਲ ਫੇਸ ਮਾਸਕ 3-ply disposable face mask with nose wire RN95 respirator face mask adjustable nose piece for ultimate comfort for bulk order and more information www.risely.org